ਹਾਂਜੀ, ਸਵਾਗਤ ਤੁਹਾਡਾ ਆਪਣੇ ਯੂਟਿਊਬ ਚੈਨਲ ਆਲ ਰਾਊਂਡਰ 855 ਚੈਨਲ 'ਤੇ। ਆਪਾਂ ਲੈ ਕੇ ਆਏ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ, ਜੋ ਕਿ ਕੱਲ੍ਹ 10 ਸਤੰਬਰ ਨੂੰ ਕਰਵਾਏ ਗਏ ਸਨ। ਅਤੇ ਗੱਲ ਕਰਦੇ ਹਾਂ ਫਾਈਨਲ ਰਿਜ਼ਲਟ ਦੀ, ਪਹਿਲਾਂ ਗੱਲ ਕਰਾਂਗੇ ਚੰਦੜ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 31,000 ਅਤੇ ਦੂਜਾ ਨਾਮ 21,000 ਸੀ। ਬੈਸਟ ਰੇਡਰ 'ਤੇ ਜਾਫੀ ਇੱਥੇ ਕੱਢੇ ਨਹੀਂ ਗਏ ਅਤੇ ਫਾਈਨਲ ਮੈਚ ਹੋਇਆ ਸੀ ਸੂਰੇਆਲ ਅਤੇ ਚੰਦੜ ਦੀਆਂ ਟੀਮਾਂ ਦੇ ਵਿਚਕਾਰ। ਇਹਦੇ ਵਿੱਚੋਂ ਚੰਦੜ ਫਸਟ ਅਤੇ ਸੂਰੇਆਲਾ ਸੈਕਿੰਡ। ਅੱਗੇ ਗੱਲ ਕਰਦੇ ਹਾਂਗੇ ਚੱਠਾ ਗੋਬਿੰਦਪੁਰਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ 'ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ 'ਤੇ ਲੈ ਕੇ ਆਉਂਦੇ ਹਾਂ। ਅਤੇ ਇੱਕ ਬੇਨਤੀ ਹੈ ਜੀ, ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ। ਅਤੇ ਗੱਲ ਕਰਦੇ ਹਾਂ ਚੱਠਾ ਗੋਬਿੰਦਪੁਰਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਇੱਥੇ ਪਹਿਲਾ ਨਾਮ 81,000 ਅਤੇ ਦੂਜਾ ਨਾਮ 61,000 ਸੀ ਅਤੇ ਬੈਸਟ ਰੇਡਰ 'ਤੇ ਜਾਫੀ ਦੇ ਲਈ 15,000 ਰੁਪਏ ਦਿੱਤੇ ਗਏ ਸਨ। ਅਤੇ ਇੱਥੇ ਫਾਈਨਲ ਮੈਚ ਹੋਇਆ ਸੀ ਬੋਪਰ ਅਤੇ ਚੱਠਾ ਗੋਬਿੰਦਪੁਰੇ ਦੀਆਂ ਟੀਮਾਂ ਦੇ ਵਿਚਕਾਰ। ਇਹਦੇ ਵਿੱਚ ਚੱਠਾ ਗੋਬਿੰਦਪੁਰਾ ਫਸਟ ਅਤੇ ਬੋਪਰ ਸੈਕਿੰਡ। ਅਤੇ ਗੱਲ ਕਰਦੇ ਹਾਂ ਬੈਸਟ ਰੇਡਰ ਅਤੇ ਜਾਫੀ ਦੀ, ਅਤੇ ਇੱਥੋਂ ਬੈਸਟ ਰੇਡਰ ਬਣੇਗਾ ਬੂਬਣਾ ਚੱਠਾ ਗੋਬਿੰਦਪੁਰੇ ਵਾਲਾ ਅਤੇ ਮਾਲਾ ਗੋਬਿੰਦਪੁਰੇ ਵਾਲਾ, ਦੋਨੇ ਜਵੈਂਡ ਬੈਸਟ ਰੇਡਰ ਬਣੇਗੇ। ਅਤੇ ਬੈਸਟ ਜਾਫੀ ਬਣੇਗਾ ਬਿੱਕਰ ਚੱਠਾ ਗੋਬਿੰਦਪੁਰੇ ਵਾਲਾ, 4 ਟੱਚ ਲੈ ਕੇ 3 ਜੱਫੇ ਲਾਏ। ਅਤੇ ਹਾਂਜੀ, ਇਹ ਸੀ ਵੀਡੀਓ 10 ਸਤੰਬਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ। ਅਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਅਤੇ ਨਾਲ ਹੀ ਇੱਕ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ। ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਧੰਨਵਾਦ ਜੀ।